ਇਹ ਅੰਦੋਲਨ ਦੇ ਫਾਇਦੇ ਹੀ ਫਾਇਦੇ ਆ। ਇਹ ਅੰਦੋਲਨ ਔਲਾ ਦਾ ਜਿੱਦਾਂ ਆਪਾਂ ਆਮਲਾ ਨਹੀਂ ਖਾਂਦੇ ਸਵੇਰੇ, ਇਹਨੇ ਰਾਹ ਖੋਲਤੇ, ਇਹਨੇ ਜਿਹੜੀਆਂ ਜਾਬਰ ਹਕੂਮਤਾਂ ਹੈ ਉਹਨਾਂ ਦੇ ਕੰਨ ਖੋਲਤੇ ਬਈ ਲੋਕ ਇੰਨੇ ਇੰਨਾ ਜਿੰਨਾ ਤੁਸੀਂ ਸਮਾਜਿਕ ਮੀਡੀਆ 'ਚ ਫੇਸਬੁੱਕਾਂ 'ਚ ਅਲਝਾ ਲਏ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਹੱਕ ਭੁੱਲ ਗਏ। ਇਸ ਅੰਦੋਲਨ ਨੇ ਤਾਂ ਤੁਸੀਂ ਦੇਖਿਓ, ਜਿਵੇਂ ਆਪਾਂ ਨੂੰ 5 ਸਾਲ ਸਿਆਸਤਦਾਨ ਵੋਟਾਂ ਲੈ ਕੇ ਸੁੱਕਣੇ ਪਾ ਜਾਂਦੇ ਨਾ, ਆਹ 2 ਕੁ ਮਹੀਨੇ 'ਚ ਸਾਰਾ ਹਿਸਾਬ ਲੋਕਾਂ ਨੇ ਕਰ ਲੈਣਾ। ਲੋਕ ਜਾਗਰੂਕ ਹੋ ਗਏ। ਅੱਜ ਹਰ ਬੰਦਾ ਇਹ ਕਹਿੰਦਾ ਕਿ ਪੈਟਰੋਲ ਇੰਨਾ ਮਹਿੰਗਾ ਕਿਉਂ ਹੈ ਬਈ, ਪਿੱਛੋਂ ਤਾਂ ਇੰਨੇ ਦਾ ਆਉਂਦਾ, ਫਲਾਣੇ ਮੁਲਕ 'ਚ ਇੰਨੇ ਦਾ, ਫਲਾਣੀ ਸਟੇਟ 'ਚ ਇੰਨੇ ਦਾ। ਸੋ ਸਾਰੇ ਅੰਕੜੇ ਨੌਜਵਾਨਾਂ ਕੋਲ ਵੀ ਹੈ, ਬਜ਼ੁਰਗਾਂ ਕੋਲ ਵੀ ਹੈ। ਸਮਾਜਿਕ ਮੀਡੀਆ ਦੇ ਜਿੱਥੇ ਨੁਕਸਾਨ ਹੈ ਉੱਥੇ ਫਾਇਦੇ ਵੀ ਹੈ। ਤੁਸੀਂ ਯਕੀਨ ਮੰਨਿਓ ਕਿ ਹੁਣ ਉਹ ਵਕਤ ਨਹੀਂ ਕਿ ਲਾਲ ਬੱਤੀ ਲਾ ਕੇ ਗੱਡੀ ਸੜਕਾਂ 'ਤੇ ਡਾਂਗਾ ਮਾਰੂਗੀ, ਹੁਣ ਉਹ ਗੱਲਾਂ ਨਹੀਂ ਰਹੀਆਂ, ਵਕਤ ਬਦਲ ਗਏ। ਹੁਣ ਸੱਚਿਓ ਸੇਵਾ ਹੀ ਕਰਨੀ ਪੈਣੀ ਹੈ। ਔਰ ਮੈਨੂੰ ਲੱਗਦਾ ਕਿ ਇਸ ਅੰਦੋਲਨ ਨੇ ਇਸ ਮੁਲਕ ਦੀ ਜਿਹੜੀ ਬੁਰਸ਼ਾਗਰਦੀ ਹੈ, ਜਿਹੜਾ ਇਹ ਸੱਤਾ ਦਾ ਜਿਹੜਾ ਬੈਠਕਾ ਜਿਹੜਾ ਭੱਜਿਆ, ਇਹਨੂੰ ਸਿੰਘਾਂ ਤੋਂ ਇਸ ਅੰਦੋਲਨ ਨੇ ਫੜ ਕੇ ਕਾਬੂ ਕਰਨਾ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।